ਕੁੜੀਆਂ ਚੰਗੀਆਂ ਚੰਗੀਆਂ ਸੋਹਣੀਆਂ ਜਵਾਨਾਂ ਜਿਹੜੀਆਂ ਮਚਾਰਾ ਸੀ ਉਹਨਾਂ ਨੇ ਤੂੰ ਗੱਡੀ ਚ ਦੋ ਚੜਾਉਣ ਤੇ ਭਜਾ ਕੇ ਗੱਡੀ ਭਜਾ ਕੇ ਗੱਡੀ ਲੈ ਜਾਣ ਉਹਨੇ ਮਾਰੀ ਜਿਹਨੇ ਬਾਂਹ ਫੜੀ ਆ ਬਾਂਹ ਫੜ ਕੇ ਸਿੱਖਾਂ ਨੂੰ ਹੋ ਗਿਆ ਤੇ ਸਿੱਖ ਹੀ ਨਪੜੇ ਬੁੱਢੀਆਂ ਮਰੀ ਜਾਂਦੀਆਂ ਬੰਦੇ ਮਰੀ ਜਾਂਦੇ ਨੱਪਣ ਨੂੰ ਥਾਂ ਨਾ ਫੈਲ ਗਿਆ ਜੁਮਾ ਜੁਮਾ ਹਾਂ ਜੁਮਾ ਅੱਛਾ ਇੱਕ ਨਾ ਜਾਨਾ ਇੱਕ ਨਾ ਮੇਰਾ ਕਹਿੰਦਾ ਛੋਟਾ ਸੀ ਉਹ मैं हम खड़े हैं तरन तारण ज़िले के गांव झामका में। आज हम आपकी मुलाकात करवाएंगे पाकिस्तान से आए चक नंबर 27 के सरदार बंता सिंह से। सरदार बंता सिंह 1947 के बाद पाकिस्तान के बार इलाके से आए थे और उनका गांव है चक नंबर 27। आइए सरदार बंता सिंह से मिलते हैं। इस समय उनकी उम्र जो है वो 100 वर्ष से भी ऊपर है। आइए बातें करते हैं और उनको पाकिस्तान में उनके जो दोस्त हैं उनसे मिलवाते हैं। अपना नाम की है ताड़ा? मेरा नाम जी बंता सिंह। ताड़ा नाम सरदार बंता सिंह? हाँ जी। ते ताड़े पिता जी का नाम? ਮੇਰਾ ਪਿਤਾ ਜੀ ਆ ਅਮਰ ਸਿੰਘ। ਅਮਰ ਸਿੰਘ ਤੇ ਤੁਹਾਡੇ ਦਾਦਾ ਜੀ ਦਾ ਨਾਂ? ਦਾਦੇ ਜੀ ਦਾ ਸੁੰਦਰ ਸਿੰਘ। ਸੁੰਦਰ ਸਿੰਘ ਤਿੰਨ ਭਰਾ ਸੀ ਉਹ। ਸੁੰਦਰ ਸਿੰਘ ਹੁਣੀ? ਹਾਂ ਸੁੰਦਰ ਸਿੰਘ। ਅੱਛਾ ਵੱਡਾ ਬਾਬਾ ਮੇਰਾ, ਹਾਂ ਛੋਟਾ ਬਾਬਾ ਮੇਰੇ ਚਾਚੇ ਦਾ ਭਰਾ, ਉਹਨੂੰ ਛੋਟਾ ਵੱਡਾ ਸੁੰਦਰ ਸਿੰਘ, ਉਹਨੂੰ ਛੋਟਾ ਕਿਸ਼ਨ ਸਿੰਘ, ਉਹਨੂੰ ਛੋਟਾ ਬਿਸ਼ਨ ਸਿੰਘ। ਅੱਛਾ ਤਿੰਨ ਬਾਬੇ ਸਗੇ ਭਰਾ ਮੇ। ਅੱਛਾ ਅੱਛਾ ਤੇ ਡੈਡੀ ਜੀ ਦੋ ਭਰਾ, ਇਹ ਦੋ ਭਰਾ, ਇੱਕ ਕੁੱਲਾ ਸਿੰਘ ਇੱਕ ਅਮਰ ਸਿੰਘ ਜੀ। ਠੀਕ ਆ। ਹਾਂ ਕਿਹੜੇ ਪਿੰਡੋਂ ਆਏ ਪਾਕਿਸਤਾਨ ਨੂੰ? 27 ਚੱਕੋ ਜੀ। 27 ਚੱਕੋ? ਹਾਂ ਜੀ। 27 ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? 27 ਦੇ ਲਾਗੇ? ਹਾਂ ਜੀ 27 ਤੇ 28, ਹਾਂ ਜੀ ਤੇ 29, ਤੇ 30 ਤੇ 31, ਸੁਣਿਓ 31, 32, 33, ਅੱਛਾ 34, 35, 36, 47, 40, 91 ਤੱਕ ਜੀ ਗੱਲ ਕਰੀ। 91 ਤੱਕ? 91 ਤੱਕ ਸਾਰੇ ਇਹ ਤੁਹਾਡੇ ਲਾਗੇ ਲਾਗੇ ਪਿੰਡ ਆ? 1400 ਗੱਡਾ ਹੈ ਸਾਡਾ ਪਿੰਡ ਦਾ। ਪਿੰਡ ਦਾ? ਅੱਛਾ 1400। ਵਾਹ ਜੀ ਵਾਹ। ਅਜੇ ਵੱਖਰੇ ਵੱਖੋ ਕਿ ਚੰਗਾ ਤਗੜਾ ਪਿੰਡ ਠੀਕ ਹੈ ਭੜਾ ਕੇ ਤੇ ਸਾਰੇ ਸਰਦਾਰ ਹੀ ਰਹਿੰਦੇ ਉੱਤੇ? ਸਰਦਾਰ ਬੜੇ ਤਗੜੇ ਤਗੜੇ, ਜ਼ਿਆਦਾ ਸਰਦਾਰ ਹੀ ਰਹਿੰਦੇ? ਜ਼ਿਆਦਾ ਸਰਦਾਰ, ਕੋਈ ਸੂਬੇਦਾਰ ਮੇਜਰ, ਕੋਈ ਜ਼ਿਮੇਦਾਰ ਮੇਜਰ, ਕੋਈ ਹੌਲਦਾਰ ਮੇਜਰ, ਜਾਂ ਕੋਈ ਕੋਈ ਵੀ ਰੈਂਕ ਵਾਲੇ ਹੀ ਨਹੀਂ। ਤੇ ਮੁਸਲਮਾਨ ਜ਼ਿਆਦਾ ਹੀ ਕਿ ਸਿੱਖ ਜ਼ਿਆਦਾ ਹੀ ਉੱਥੇ? ਨਹੀਂ ਸਿੱਖ ਜ਼ਿਆਦਾ ਹੀ। ਸਿੱਖ ਜ਼ਿਆਦਾ? ਸਿੱਖ ਜ਼ਿਆਦਾ। ਠੀਕ। ਤੇ ਮੁਸਲਮਾਨ ਵੀ ਹੈਗੇ ਸੀ? ਹਾਂ ਮੁਸਲਮਾਨ ਹੈਗੇ ਆ। ਤੇ ਜਿਹੜੇ ਮੁਸਲਮਾਨ ਦੋਸਤ ਤੁਹਾਡੇ ਕਿਹੜੇ ਕਿਹੜੇ ਸੀ? ਕਰਮਜੀਤ, ਅਲਾਦੀਨ, ਉਸਮਦੀਨ, ਫਿਰ ਇੱਕ ਹੈਗੇ ਆ ਵੱਡਾ ਜਾਲਾ ਜੁਮਾ, ਜੁਮਾ ਉਹਦਾ ਕੋਲੂ ਹੀ ਜੁਮਾ, ਜੁਮਾ ਆ ਜੁਮਾ। ਅੱਛਾ ਤੇ ਇੱਕ ਨਾ ਜਾਲਾ ਤੋ, ਇੱਕ ਨਾ ਮੇਰਾ ਕਹਿੰਦਾ ਛੋਟਾ ਸੀ ਉਹ ਮੇਰਾ ਕਹਿੰਦੀ ਸ਼ਾਇਦ ਉੱਠ ਵੀ ਆ ਉਹਦੇ ਨਾਮ ਹੀ। ਇਹ ਤਿੰਨ ਭਰਾ ਆ ਤੇ ਤਿੰਨ ਹੀ ਉਹ ਜਿਹਨਾਂ ਦੇ ਖਰਾਸ਼ ਆ। ਅਵਰਾ ਨਹੀਂ ਆ। ਕਿੰਨੇ ਖਰਾਸ ਹੁੰਦੇ ਸੀ ਪਿੰਡ 'ਚ? ਖਰਾਸ ਇਹ ਤਿੰਨ ਪੱਟੀ ਸਾਡੇ ਲਈ, ਤਿੰਨ ਖਰਾਸ ਸਾਡੇ ਸੀ। ਅੱਛਾ ਤੇ ਮੈਂ ਕਿਹਾ ਤਿੰਨ ਹੀ ਕਿ ਚਾਰ? ਉਹ ਪੱਟੀ ਪਿੰਡ ਬਹੁਤ ਵੱਡਾ ਹੈ। ਪੱਤੀਆਂ ਦੇ ਕੀ ਨਾਂ ਸੀ? ਪੱਟੀ ਜੀ ਲਾਣੀ ਜੀ। ਅੱਛਾ ਪੱਤੀ ਦੇ? ਉਹ ਆਪਾਂ ਆ ਚੜ੍ਹਦੀ ਪੱਟੀ। ਅੱਛਾ ਅੱਛਾ ਲੈਂਜੀ ਪੱਟੀ? ਅੱਛਾ ਉਹ ਤਾਂ ਰਾਣੀ ਹੁੰਦਾ। ਅੱਛਾ ਅੱਛਾ ਆ ਪਿੰਡਾਂ ਦੇ ਨਾਂ ਹੈਗੇ ਆ। ਪਿੰਡਾਂ 'ਚੋਂ 96, 91, 99 ਤੱਕ ਨਾਂ ਆ ਤੇ ਪਿੰਡ ਵੱਡੇ ਆ। ਤੇ ਜ਼ਿਲ੍ਹਾ ਸਰਗੋਧਾ ਹੀ ਹੈ ਨਾ? ਜ਼ਿਲ੍ਹਾ ਸਰਗੋਧਾ, ਸ਼ਹਿਰ ਸਰਗੋਧਾ ਪੈਂਦਾ। ਅੱਛਾ ਸਰਗੋਧਾ ਤੇ ਬਾਹਰ ਅਸੀਂ ਜਦੋਂ
ਆ ਸਾਡੇ ਤੇ ਰੌਲਾਪਾ ਪੈ ਗਿਆ। ਅਸੀਂ ਫਿਰ ਤਰੀਕ ਤੇ ਸੀ, ਤਰੀਕ ਤੇ ਸੀ ਵੀ 30 ਤਰੀਕ ਨੂੰ ਤੋਂ ਇੱਥੋਂ ਚਲੇ ਜਾਣਾ। ਅੱਛਾ ਅੱਛਾ, ਇੱਧਰ ਬੋਲਤਾ ਉਹਨਾਂ ਨੇ ਬੋਲਤਾ, 12 ਦਿਨ 8-10 ਲੰਘੇ। ਅੱਛਾ, 12 ਤੋਂ ਬੋਲ ਸਾ ਵੀ ਉਹ ਉੱਧਰ ਲੈ ਇੱਧਰ ਆਉਣੇ ਆ। ਅੱਛਾ, ਇਹ ਵੀ ਗੁਰਦੁਆਰੇ ਬੋਲੇ, ਮਸੀਤ ਚ ਬੋਲੇ ਹਾਂ, ਮਸੀਤ ਚ ਉੱਧਰ ਦੇ ਆਉਣੇ ਆ। ਅੱਛਾ, ਤੇ ਪਹਿਲਾਂ ਆਟਾ ਇੱਧਰ ਦੇ ਜਾਣੇ ਆ। ਅੱਛਾ, ਅਸੀਂ ਵੇਖੋ ਜੀ ਕੀ ਕੀਤਾ, ਕੰਮ ਬਹੁਤ ਸੀ। ਇਹਨੇ ਆਖੀ ਬਾਬੇ ਝੂੜੀ ਮੇਰ ਆ, ਉੱਥੇ ਬੜੀ ਮੇਰੀ, ਸਾਡੇ ਕੋਲ ਅੱਧਾ ਮਰਮਾ ਜ਼ਮੀਨ ਸੀ। ਅੱਛਾ ਅੱਛਾ, ਵਾਹੀ ਕਰਦੇ ਹਾਂ ਮੇਰੇ ਬਾਬੇ ਦਾਦੇ। ਤੇ ਅਸੀਂ ਕੀ ਕੀਤਾ ਵੀ ਉਹ ਸੁਨਿਆਰੇ ਸਾਡੇ ਨਾਲ ਹੀ, ਦੋ ਕਿਨਾਰੇ ਥਾਂ ਸੁਨਿਆਰਿਆਂ ਦਾ, ਇੱਕ ਕੋਹਲੂ ਲੱਗਾ, ਇੱਕ ਪੇਂਜਾ ਲੱਗਾ, ਚੱਕੀ ਲੱਗੀ ਆਟੇ ਵਾਲੀ, ਤੇ ਸੋਨਾ ਵੀ ਕਰਦੇ ਸੀ, ਬੜਾ ਕੰਮ ਲੱਖਾ ਪਾਟੀ ਕੇ। ਕੀ ਨਾਂ ਸੁਨਿਆਰੇ ਦਾ? ਉਹ ਸੁਨਿਆਰੇ ਦਾ ਨਾਂ ਹੀ ਹੈਗਾ ਜੀ ਮੇਰੇ ਬਾਪੂ ਜੀ ਨੂੰ, ਉਹਨੇ ਆਖਿਆ ਬੁੱਢਿਆ ਇੱਥਾਂ ਕਰ ਥਾਂ ਵੇਚ ਜੀ, ਆਪਾਂ ਚਲੇ ਜਾਣਾ ਸੀ। ਤੇ ਮੈਂ ਵੇਚ ਦਿੱਤਾ ਸੀ, ਉਹ ਜਿਮੀਦਾਰ ਨੂੰ ਉਹਨੇ ਥਾਂ ਵੇਚਤਾ, ਵਿੱਚੇ ਇੰਜਣ ਵਿੱਚੇ ਕੋਹਲੂ ਊਠ ਰੱਖਿਆ ਸੀ ਠੀਕ ਹੈ ਚਲੋ ਜੀ। ਉਹਨਾਂ ਨੂੰ ਪ੍ਰੇਮ ਬੜਾ ਸਾਡਾ ਬਹੁਤ ਜ਼ਿਆਦਾ, ਤੇ ਉਹ ਆਂਡਾ ਚੱਲੀਏ, ਆਂਡਾ ਚੜ ਚੱਲੀ ਆ ਰੇਲ ਗੱਡੀ ਚੱਲਦੀ ਜਿਹੜੀ ਕਸੂਰ ਵਾਲੀ, ਆਹੋ ਚੱਲਦੀ ਸੀ, ਆਹੋ ਚੱਲਦੀ ਇੱਕ ਡੱਬਾ ਕਰ ਲਿਆ ਸੀ ਸਮਾਨ ਲੱਦਣ ਨੂੰ, ਜਾਇਦਾਦ ਬੜੀ ਸਾਡੇ ਘਰ, ਹੁਣ ਝੂਠ ਮਾਰਨ ਵਾਲੀ ਆ ਸਾਰੇ ਮੇਰੇ ਘਰ, 3 ਕੁਆਂਟਲ ਸਾਡੇ ਘਰ ਕਦੇ ਹੀ ਆਉਣਾ 3 ਕੁਆਂਟਲ। ਅੱਛਾ, ਇੰਨਾ ਸਮਾਨ ਜਿਹੜੀਆਂ ਗਾਗਰਾਂ, ਐਡੇ ਦੋਣੇ, ਐਡੇ ਗਲਵੇ, ਇਹਦੇ ਜਾਇਦਾਦ ਦਾ ਪਤਾ ਨਹੀਂ ਲੱਗਦਾ, ਪਲੰਗ ਬੜੇ 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 ਤਗੜੇ ਕੰਮ ਕੇ। ਅਸੀਂ ਆਖਿਆ ਵੀ ਚੰਗਾ, ਉਹਨਾਂ ਥਾਂ ਵੀ ਵੇਚ ਗਿਆ, ਸਾਰਾ ਸਮਾਨ ਲੈ ਕੇ ਤਰਨ ਤਾਰ ਸਾਹਿਬ ਆ ਗਿਆ। ਉਹ ਮਗਰੋਂ ਉਹ ਵੇਚ ਕੇ ਆ ਗਿਆ, ਤੇ ਮਗਰੋਂ ਜਬ ਪੈ ਗਿਆ ਨੀ ਇਹਨਾਂ ਉੱਧਰ ਜਾਣਾ, ਨਾ ਗੱਡੀ ਦਾ ਕਿਰਾਇਆ ਗਿਆ ਸਾਡਾ, ਸਮਾਨ ਲੱਦਿਆ ਉਹ ਲੱਦ ਕੇ ਆ ਗਈ, ਉਹ ਲੱਦ ਕੇ ਆ ਗਏ ਤੇ ਅਸੀਂ ਆਖਿਆ ਵੀ ਕੰਮ ਵਿਗੜ ਗਿਆ। ਮੁੜ ਕੇ ਕਾਫਲਾ ਸ਼ੁਰੂ ਹੋਇਆ, 1300 ਗੱਡਾ ਚੱਲਿਆ, ਚੱਲਿਆ ਵੀ ਇਕੱਠੇ ਆਉਣਾ, ਅਸੀਂ ਤੁਰ ਪਏ ਤੁਰ ਪਏ ਰਾਤ 13 ਗੱਡਾ ਲੈ ਕੇ ਆਉਣਾ ਗਿਆ 4 ਵਜੇ ਨੂੰ ਤੜਕੇ, ਪਿੰਡ ਵਿਹਲੇ ਹੋਣੇ ਸੀ, ਜਿਹੜਾ ਰਹਿ ਗਿਆ ਉਹਨੂੰ ਗੋਲੇ ਦੀ ਛੂਟ ਹੋ ਜੂਗੀ। ਪੁਲਿਸ ਨੇ ਅਨਾਊਂਸਮੈਂਟ ਕਰਤਾ, ਹਾਂ ਅਨਾਊਂਸਮੈਂਟ ਕਰਤਾ, ਅਸੀਂ ਆਖਿਆ ਵੀ ਚਲੋ ਠੀਕ ਆ, ਹੋਣਾ ਪੈਣਾ ਸੀ, ਅਸੀਂ ਗੱਡਾ ਨੀ ਸਾਡਾ ਨਵਾਂ ਗੱਡਾ ਲਿਆ, ਬਲਡ ਤੇ ਹੈਗੇ ਛੋਟੇ ਤਗੜੇ ਸੀ, ਤੇ ਬਲਡਾਂ ਨੂੰ ਤਿਆਰ ਕੀਤਾ ਤੇ ਚੱਲਾ ਸਮਾਨ ਗੱਡੇ ਦੇ ਜੋ ਪਲਕ ਦੇ ਜੋ ਲਾ ਪਲਾ ਲੱਡ ਕੱਟਿਆ, ਲੱਡ ਕੱਟਿਆ ਵੀ ਰਾਹ ਚੜੇ ਪੱਠੇ ਮਿਲਣੇ, ਇੱਕ ਬੋਰੀ ਕਣਕ ਦੇ ਆਟੇ ਦੀ ਪਿਆਗ ਲੱਦੀ, ਇੱਕ ਬੋਰੀ ਛੋਲਿਆਂ ਦੀ ਬਣਾ ਕੇ, ਇੱਕ ਮਕਈ ਦੇ ਦਾਣਿਆਂ ਦੀ, ਤੇ ਖੁੱਲਾ ਕੰਮ ਸੀ, ਤੇ ਐੜੀਆਂ ਦੀਆਂ ਡੰਮੀਆਂ ਜਿਹੜੀਆਂ ਮੱਠੀਆਂ ਦੀਆਂ ਗੁੜ ਪਾ ਕੇ ਕੋਕਾ ਪਾ ਕੇ ਮੱਠੀਆਂ ਵੀ, ਰੋਟੀ ਕਿਹੜੇ ਖਾਵਾਂਗੇ, ਤੁਰੇ ਜਾਂਦੇ ਬਣਾ ਦਾਂਗੇ, ਤੁਰੇ ਜਾਂਦੇ ਖਾ ਲਾਂਗੇ, ਦਾਣੇ ਚੱਪ ਲਾਂਗੇ, ਮੱਠੀ ਬਣਾ ਲਾਂਗੇ, ਉੱਥੇ ਚੁੱਲ੍ਹੇ ਸਬਰ ਲੈ 4 ਵਜੇ ਤੋਰਨਾ, ਤੇ 11-12 ਵਜੇ ਜਾ ਕੇ ਕਾਬਲਾ ਇਹਨਾਂ ਕੀ ਕੀਤਾ, ਗਾੜੀਓ ਨਾਲ ਥੋੜੇ ਹੀ ਬੰਦੇ ਜੋ ਲੈਲਪੁਰ ਆਏ ਤੇ ਬਾਗ ਬੜੇ ਸੀ, ਨਾਲ ਮੈਂ 5-6 ਮਹੀਨੇ ਸੀ ਮੇਰੇ ਮਗਰ, ਜਿਹੜੀਆਂ ਗਾਲੀ ਲਾਈਆਂ ਤੂੰ ਤਗੜਾ ਤੂੰ ਦੱਬੀ ਚੱਲ, ਮੈਂ ਡਾਂ ਫੜ ਕੇ ਲਾ ਗਿਆ, ਮਗਰ ਤੂੰ ਆਪਣੀਆਂ ਮੈਂ ਲੱਗ ਗਿਆ, ਤੇ ਮੈਂ ਆਪਣੀਆਂ ਮੈਂ ਲੱਭ ਗਿਆ, ਦੱਬੀ ਚੜੀਏ। ਜਦੋਂ ਆਏ ਨਾ ਅਸੀਂ ਲਾਹੌਰ, ਬਾਗ ਬੜਾ ਸੀ, ਘੱਟ ਤੋਂ ਘੱਟ 4-5 ਕਿਲੇ ਬਾਗ, ਉੱਥੇ 200-400 ਬੰਦਾ
ਲੋਟੂ ਬੈਠਾ ਅੱਛਾ ਬਾਗ ਚ ਬਾਬਾ ਘੋੜੀਆਂ ਵਾਲਾ ਤੇ ਬਰਸੀਆਂ ਵਾਲਾ ਤੇ ਡਾਂਗਾਂ ਵਾਲਾ ਮੁਸਲਮਾਨ ਆਹੋ ਉਧਰੋਂ ਲੋਟੂ ਹਾਂ ਉਹਦੇ ਆਖ ਸਾਹਿਬ ਬਾਸ ਬਈ ਵੜ ਗਿਆ ਵੜ ਗਿਆ ਮੈਂ ਗਿਆ ਭੱਜ ਕੇ ਉਹਦੇ ਮੇਰੇ ਪਿੱਛਾ ਬੈਠਾ ਨਾ ਤਿੰਨ ਚਾਰ ਵੱਢ ਕੱਟੇ ਛਪੜੀ ਸੀ ਮੈਂ ਮਾਰੀ ਚੋੜ ਕੇ ਛਾਲ ਇੱਕ ਪੈਰ ਛਪੜੀ ਛਿੱਤਰ ਉੱਥੇ ਰਹਿ ਗਿਆ ਮੈਂ ਬੜੋ ਭੱਜ ਗਿਆ ਨਿਕਲ ਗਿਆ ਉਹਨਾਂ ਤੋਂ ਗਾੜੀ ਮੈਂ ਭਜਾ ਗਿਆ ਤਾਂ ਪੰਜ ਚਾਰ ਵੱਟ ਕੱਚੇ ਮੇਰੇ ਹੁੰਦੇ ਆ ਆਪਣੇ ਸਰਦਾਰ ਊਟ ਫੜ ਲਏ ਮੱਝਾਂ ਘੇਰ ਲਈਆਂ ਸਭ ਕੁਝ ਲੈ ਗਏ ਬਾਅਦ ਫਿਰ ਮੈਂ ਭਜਾ ਗਿਆ ਨਾਲ ਹੋਰ ਟੋਲੀਆਂ ਅਸੀਂ ਤਕਰੀਬਨ ਬੈਠ ਕੇ ਗੁਰਦੁਆਰੇ ਤੱਕ ਭਜੇ ਗਏ ਅਗਲੇ ਮੈਨੂੰ ਗੱਡੀ ਆ ਗਈ ਗੱਡੀ ਕੇ ਅਸੀਂ ਉਹ ਹਟੋ ਹਟੋ ਅਸੀਂ ਡਰ ਦੇਖ ਲੋ ਗਏ ਪੁਲਿਸ ਵਾਲੇ ਹੋਣੇ ਫੌਜ ਵਾਲੇ ਹਾਂ ਫੌਜ ਵਾਲੇ ਅੱਛਾ ਉਹਨਾਂ ਕਿਹਾ ਹਟ ਹਾਂ ਅਸੀਂ ਦੇਖ ਲੋ ਗਏ ਅਸੀਂ ਗੋਲੀ ਨਾ ਮਾਰ ਦੇਣ ਕੀ ਨਾ ਸਾਡੀ ਕਿ ਕੀਦੀ ਆ ਉੱਥੇ ਹਟੋ ਗਏ ਉਹ ਦੇਖ ਲਓ ਆ ਜਾਓ ਐਂ ਕਿਆ ਦੱਸੋ ਉਹ ਜਿੱਥੇ ਬਾਜ ਵੱਡੇ ਨਾ ਬੰਦੇ ਉੱਥੇ ਲਿਆ ਸਾਨੂੰ ਆਉਂਦਾ ਮੁੜੋ ਸ਼ਾਮ ਆ ਜਾਓ ਮੁੜੋ ਉਹਦੇ ਬੰਦੇ ਕਿਹਦੀ ਬਾਂਹ ਵੱਡੀ ਕਿਹਦਾ ਧੌਣ ਵੱਡੀ ਕਿਹਦੀ ਲੱਤ ਵੱਡੀ ਉਹ ਤੜਫਣ ਡੇ ਅਸੀਂ ਆਖਦਾ ਮੁੜ ਕੇ ਸਾਰੇ ਬੰਦੇ ਪੰਜ ਚਾਰ ਮੁੜਾਏ ਜਿਹਨੇ ਘੇਰ ਲਏ ਉਹਨਾਂ ਦੀਆਂ ਬਾਹਾਂ ਵੱਡੀਆਂ ਲੱਤਾਂ ਬੰਨੀਆਂ ਜਿੱਥੇ ਇਸੇ ਟੋਕੇ ਵੱਜੇ ਲਹੂ ਲੁਹਾਨ ਹੋਏ ਉਹਨਾਂ ਦੀਆਂ ਪੱਗਾਂ ਲਾਈਆਂ ਪੱਗਾਂ ਪਾੜ ਪਾੜ ਲੰਮੀਆਂ ਲਈਆਂ ਬੰਨ ਬੰਨ ਕੇ ਲੱਤਾਂ ਤੇ ਮੁੜ ਕੇ ਚੁੱਕ ਚੁੱਕ ਗੱਡੀ ਸੁੱਟੇ ਉਹਨਾਂ ਦੀ ਮੇਰੇ ਨਾਲ ਤੁਹਾਡੇ ਜਿਹੜਾ ਮੁੰਡਾ ਜਵਾਨ ਬਾਰਾਂ ਕੁ ਚੌਦਾਂ ਜਮਾਤਾਂ ਪਾਸ ਉਹਨੂੰ ਨਾਲ ਦੇਗਾ ਗੱਡਾ ਸਾਡਾ ਖੁਸ਼ ਗਿਆ ਅਸੀਂ ਸਾਰੇ ਅੱਡੋ ਅੱਡ ਹੋ ਗਏ ਸਮਾਨ ਤੇ ਗੱਡਾ ਉੱਥੇ ਛੱਡ ਕੇ ਮਾਲ ਨਹੀਂ ਖੁਸ਼ ਗਿਆ ਗੱਡਾ ਸੁੱਟ ਗਿਆ ਤੇ ਅਸੀਂ ਸਾਰੇ ਅੱਡੋ ਅੱਡ ਹੋ ਗਏ ਉਹ ਗਾਂਹ ਭੱਜ ਗਏ ਕੋਈ ਪਛਾਣ ਭੱਜ ਗਏ ਹਾਂਜੀ ਉੱਥੇ ਮੁੜ ਕੇ ਜਦੋਂ ਅਸੀਂ ਆਏ ਹਾਂ ਤੇ ਮੈਨੂੰ ਆਂਡੇ ਵੀ ਆਪਣੇ ਮਰ ਗਏ ਸਾਰੇ ਚੱਲ ਵੇਖਣ ਚੜੀਏ ਤਕਾਲਾ ਪੈ ਗਈਆਂ ਨਾ ਗਏ ਤੇ ਉਹ ਜਿਹੜੇ ਨਾ ਸਾਡੇ ਪਿੰਡ ਦਾ ਸੀ ਨਾਲ ਹੀ ਪੈਂਦਾ ਸੀ ਉਹਨੇ ਆਪਦਾ ਮੁੰਡੇ ਨੂੰ ਕੀ ਕਰਦਾ ਹੁਣ ਦਾ ਸਦੂਲ ਦੇਗ ਸੀ ਵੱਡੀ ਰੱਖੀ ਸਾਂਝੀ ਵੱਡੀ ਦੇਗ ਤੇ ਚਾਰ ਬੰਦੇ ਪੰਜ ਬਹਿ ਜਾਂਦੇ ਵੱਡੀ ਦੇਗ ਸੀ ਉਹਦੇ ਵਿੱਚ ਮਾਰਤਾ ਤੇ ਮੈਂ ਉਹ ਬੰਦੇ ਨੂੰ ਆਖਿਆ ਚਾਚਾ ਮੈਂ ਵੀ ਨਾ ਬਹਿ ਜਾ ਵਿੱਚ ਦੇਖ ਦੇ ਉਹ ਆਂਦਾ ਨਹੀਂ ਤੂੰ ਨਾ ਬਹਿ ਸਦੂਲੇ ਬਹਿਣ ਦੇ ਆਪਾਂ ਤੇਰੇ ਚੱਲਦੇ ਹਾਂ ਉਹ ਜੂੜੇ 'ਚ ਉਤਰ ਗਿਆ ਗੱਡੇ 'ਚ ਉਤਰ ਕੇ ਪਾਸੇ ਪਾਸੇ ਲੱਗੇ ਗਏ ਉਹ ਵੀ ਤੁਰਿਆ ਗਿਆ ਬਰੈਸਟ ਜਦੋਂ ਨੰਘੇ ਨਾ ਗਾਂ ਵੱਜਾ ਬਰੈਸਟ ਉਹਦੀ ਫੜੇ ਮਰੇ ਅਸੀਂ ਉਹ ਸੈਟ ਹੁੰਦਾ ਗਿਆ ਉਹ ਫਿਰ ਉਹ ਦੇਗ 'ਚ ਬੈਠੇ ਦੇਗ 'ਚ ਬੈਠਿਆ ਉਹ ਵੀ ਮਾਰਤੇ ਧੰਦਾ ਨਾ ਦੇਗ 'ਚ ਬੈਠਿਆ ਚਲੇ ਗਏ ਅੱਛਾ ਤੇ ਉਹਨਾਂ ਪੰਜ ਛੇ ਹੀ ਹੋਏ ਚਲੋ ਅੱਠ ਹੋ ਗਏ ਉੱਥੇ ਸਾਡਾ ਕਾਲਾ ਪਾਣੀ ਛੱਡਤਾ ਸੜਕ 'ਤੇ ਅਗਲੇ ਬੰਨੇ ਸੜਕਾਂ ਡੋਬ ਕੱਟੀਆਂ ਇਹ ਕੰਮ ਤਾਂ ਮੁਸਲਮਾਨਾਂ ਦੇ ਕੰਮ ਵੀ ਇਹ ਮਾਰਨੇ ਮਾਰਨੇ ਸਿੱਖ ਦਾ ਤਾਂ ਜੀ ਨਹੀਂ ਜਾਂਦੇ ਨਾ ਅਤੇ ਪਾਣੀ ਛੱਡਤਾ ਇਹਨਾਂ ਨਾਲ ਸੜਕਾਂ ਨੇ ਕੱਟਤਾ ਅਤੇ ਸਾਨੂੰ ਲਾਹੌਰ ਨਾ ਉੱਥੇ ਘੱਟ ਘੱਟ ਪੰਦਰਾਂ ਦਿਨ ਵੀਹ ਦਿਨ ਰਹੇ ਮਹੀਨਾ ਹੀ ਪਾਣੀ ਲੱਥਾ ਅਤੇ ਫਿਰ ਤੋਰਿਆ ਉਹਦਾ ਮੁੰਡਾ ਸੀ ਨਾ ਉੱਥੇ ਗਿਆ ਚੱਲ ਪਿਆ ਯਾਰ ਚੱਲ ਪਿਆ ਉਹਨਾਂ ਕੀ ਕੀਤਾ ਫੜਨ ਕਹੀਆਂ ਤੇ ਨਾ ਪਾਉਣ ਫੜਨ ਕਹੀਆਂ ਤੇ ਮੈਨੂੰ ਆਂਡੇ ਉਹ ਯਾਰ ਸਦੂਲਾ ਮਰ ਗਿਆ ਓਏ ਮੈਂ ਗਿਆ ਮੈਂ ਕਿਹਾ ਤੇਰਾ ਭਲਾ ਮੇਰੇ ਪਿੰਡ ਦਾ ਬੰਦਾ ਮੁੰਡਾ ਕਰਨ ਉਹਦੇ ਲਕਾ ਕੇ ਲਿਆ ਮਰ ਕਿੱਦਾਂ ਗਿਆ ਮੈਂ ਗਿਆ ਮਰਿਆ ਪਿਆ ਉੱਥੋਂ ਮੈਂ ਫੜੀ ਕਹੀ ਖਾਖੀ ਖੇਰ ਸੀ ਕੰਨੀਆਂ ਕਰਕੇ ਬੰਨੀਆਂ ਤੇ ਡਾਂਗ ਡਾਈ ਤੇ ਚੁੱਕ ਕੇ ਬਾਰ ਮੜੀਆਂ ਨੱਪ ਕੇ ਇੰਨਾ ਕੁ ਮਾਰਿਆ ਟੋਆ ਸਭ ਨੱਪਣੇ ਪਏ ਨੱਪੜੇ ਭਾਵੇਂ ਸੇਖ ਹੀ ਤੇ ਭਾਵੇਂ ਕੋਈ ਸਭ ਨੱਪਣੇ ਪਏ ਮਾਰ ਤੇ ਮੁਸਲਤ ਮਾਰ ਮਾਰਦਾ ਮਾਰ ਦੇ ਸਿੱਖ ਹੀ ਸੀ ਆਹੋ ਮਾਰ ਦੇ ਸਿੱਖਾਂ ਨੂੰ ਯਾਉ ਗਿਆ ਤੇ ਸਿੱਖ ਹੀ ਨੱਪੜੇ ਚਲੋ ਮੈਂ ਉਸ ਸੰਸਕਾਰ ਕਰਨ ਦਾ ਵੀ ਟਾਈਮ ਨਹੀਂ ਉੱਥੇ ਪਰੰਪਰਾ ਹੀ ਭੁੱਲ ਗਈ ਮਰਿਆਦਾ ਹੀ ਭੁੱਲ ਗਈ ਸੰਸਕਾਰ ਛੱਡਣ ਦਾ ਹਾਂ ਨਾਲ ਹੀ ਲੱਗਦਾ ਸੰਸਕਾਰ ਉਸੇ ਕਿਹਨੇ ਕਰਨਾ ਚਾਰ ਪੰਜ ਕਿਲੇ ਥਾਂ ਹੀ ਆਹੋ ਮਾਰਾ ਝੂਠ ਰਵੇ ਨੱਪਲੂ ਥਾਲ ਹੀ ਲਾਉਣਾ ਤੇਰਾ ਚੌਦਾਂ ਸੌ ਕਰਨਾ ਪਤਾ ਨੀ ਬੁੱਢੀਆਂ ਮਰੀ ਜਾਂਦੀਆਂ ਜਾ ਕੇ ਬੰਦੇ ਮਰੀ ਜਾਂਦੇ ਨੱਪਲ ਨੂੰ ਥਾਂ ਨਾ ਫੈਲ ਗਿਆ ਹਜ਼ਾ ਫੈਲ ਗਿਆ ਮੁੜ ਕੇ ਫੋਨ ਲਾਏ ਤੇ ਜਦੋਂ ਉਹਦੇ ਆ ਗਏ ਕੰਜਰੋ ਜਦੋਂ ਸਿੱਖ ਦਾ ਵੀ ਮਰ ਗਿਆ ਫਿਰ ਰਾਤ ਰਾਤ ਫਿਰ ਗੱਡੀਆਂ ਆਈਆਂ ਪਤਾ ਕਿੰਨਾ ਡਾਕਟਰ ਤੇ ਕਿੰਨੀ ਕੁ ਗੱਡੀ ਆਈ ਰਾਤ ਰਾਤ ਘੁੰਮੇ ਨੀ ਘੁੰਮੇ ਗਏ ਆਹ ਲੀੜੇ ਲੁਆ ਕੇ
ਚੰਗੇ ਪਜਾਮੇ ਫਿਰ ਪਾ ਦਵਾਈ ਸਾਰੀ ਅੱਠ ਦਸ ਦਿਨ ਦਵਾਈ ਸਾਰੀ ਚਾਲੀ ਨੀ ਬਾਹਰ ਕੰਮ ਲਾ ਗਿਆ ਨਾ ਫਿਰ ਸਾਡੇ ਉਹਨਾਂ ਨੇ ਆਖਿਆ ਵੀ ਇਸ ਤਰ੍ਹਾਂ ਕਰੋ ਜੇ ਕੋਈ ਪਾਸਤਾ ਦੇਸ਼ ਬੰਦਾ ਤੁਹਾਡਾ ਰਹਿ ਗਿਆ ਜਦ ਤੱਕ ਤੇ ਜਿਹੜਾ ਪਿੱਛੇ ਕਾਲਜ ਸਕੂਲ ਸੀ ਵੱਡਾ ਪਾਕਿਸਤਾਨ ਚ ਉੱਥੇ ਸਾਡੇ ਰਿਸ਼ਤੇਦਾਰ ਤੇ ਦੋ ਮੇਰੇ ਭਰਾ ਛੋਟੇ ਉਹਦੇ ਚਲੇ ਗਏ ਇੱਕ ਮੇਰਾ ਭੂਆ ਫੁੱਫੜ ਚਲੇ ਗਏ ਦੋ ਤਿੰਨ ਚੀ ਅਸੀਂ ਆਖ ਮੈਂ ਇੰਨੀ ਚੀਜ਼ ਪਤਾ ਨੀ ਮਰ ਗਏ ਆ ਕਿ ਪਿੱਛੇ ਭੱਜ ਗਏ ਆ ਜਦੋਂ ਉਹਨਾਂ ਆਖਿਆ ਨਾ ਆਓ ਚਲੀਏ ਪਾਕਿਸਤਾਨ ਤੇ ਵੇਖੋ ਤੁਹਾਡਾ ਜਿਹੜਾ ਜਿਹੜਾ ਜੀ ਲਏ ਫਿਰ ਮੈਂ ਆਖਿਆ ਇਹਦੇ ਚ ਬਾਤਾ ਬੜੀ ਇਹ ਡਰਦੀ ਬੜੀ ਰੋਡੀ ਮੈਂ ਆਖਿਆ ਚੱਲ ਕਾ ਬੀਬੀ ਜੀ ਮੈਂ ਜਾਣਾ ਕੀਤਾ ਉਹ ਮੁੰਡੇ ਨੇ ਕਿਹੜਾ ਕੰਤਾ ਸੀ ਤੇ ਇੱਕ ਨਾ ਕਿੱਧਰ ਸੀ ਮੈਂ ਆਖਿਆ ਕੀਤਾ ਵੀਰ ਆਪਣੇ ਉੱਥੇ ਹੀ ਹੋਣ ਆਂਡੀ ਨਾ ਪੁੱਛ ਕੇ ਮੈਂ ਆਇਆ ਕਿ ਜੇ ਉੱਥੇ ਮਾਰ ਦੇਣ ਗਏ ਨਾ ਸ਼ਾਈ ਮੈਂ ਆਖਿਆ ਨਹੀਂ ਕਹੀ ਦਾ ਮੈਂ ਬਹਿ ਗਿਆ ਗੱਡੀ 'ਚ ਕੇ ਮੈਂ ਗਿਆ ਕਾਲਜ ਸਕੂਲ ਬੜਾ ਤਗੜਾ ਖਾਲਸਾ ਸਕੂਲ ਹਾਂ ਕਾਲਜ ਸਕੂਲ ਲਾਹੌਰ ਹਾਂ ਲਾਹੌਰ ਬੜਾ ਪੜ੍ਹਾਈ ਵਾਲਾ ਕੇ ਵੱਡਾ ਸਕੂਲ ਤੁਹਾਨੂੰ ਪਤਾ ਹੀ ਹੈ ਉਹਦੇ ਵਿੱਚ ਪਤਾ ਨਹੀਂ 500-600 ਬੰਦਾ ਅੰਡਰ ਦਿੱਤਾ ਉਹਨਾਂ ਕੋਲ ਰੁਪੀ ਨਾ ਉਹ ਜਿਹੜੇ ਬੰਦੇ ਦੋ ਸੀ ਨਾ ਉਹਨਾਂ ਕੋਲ ਤਿਆਰ ਸੀ ਪਿਸਤੌਲ ਹੋਇਆ ਜਾਂ ਬੰਦੂਕ ਹੋਈ ਉਹ ਬਾਰੀਆਂ 'ਚ ਲੱਗੀਆਂ ਹੁੰਦੀਆਂ ਅਤੇ ਇੱਦਾਂ ਕਿੱਕਰਾਂ ਪਾਸੇ ਘੇਰੇ ਕੇ ਸਕੂਲ ਲੈਂਦੀਆਂ ਉਹ ਰੁੱਖ 'ਤੇ ਚੜ੍ਹ ਕੇ ਅਤੇ ਐਂ ਕਰਕੇ ਨਾ ਸੈਡ ਲੈ ਕੇ ਬਾਰੀ 'ਚ ਮਾਨ ਵੀ ਜਿੰਨਾ 'ਚ ਵੱਜੀ ਉਹਨੇ ਤਾਂ ਮਰ ਗਿਆ ਮੁਸਲਮਾਨ ਮੁੜ ਕੇ ਉਹਨਾਂ ਕੀ ਕੀਤਾ ਚੜ੍ਹਦੇ ਨਾ ਜਦੋਂ ਧਿਆਨ ਰੱਖਣਾ ਉਹਨਾਂ ਵੱਲੋਂ ਭਰ ਛੜਨੀ ਐਂ ਕਰਕੇ ਭਰ ਛੜਨੀ ਜਦੋਂ ਉਹਨੇ ਚੜ੍ਹਾ ਕਿੱਕਰ 'ਤੇ ਚੜ੍ਹ ਸੈਡ ਹੋਣਾ ਉਹਨਾਂ ਉਦੋਂ ਠੋਕਣੀ ਗਾੜੀ ਦੋ ਤਿੰਨ ਤਿੰਨ ਪੋਤੇ ਟੱਬਰ ਆ ਘਰ ਬਣੇ ਆ ਮਾਲਕ ਦੀ ਮਿਹਰ ਉੱਥੇ ਜਦੋਂ ਲਾਹੌਰ ਬੈਠੇ ਨਾ ਲਾਹੌਰ ਬਹਿ ਗਏ ਤੇ ਜਿਹੜੇ ਨਾ ਮੁਸਲਮਾਨ ਉਹਨਾਂ ਰਾਤ ਨਾ ਕਿੱਦਾਂ ਕਾਫਲਾ ਹਿੰਦੂ ਬੈਠੇ ਸਾਡੇ ਲਾਗੇ ਹਿੰਦੂ ਹਿੰਦੂ ਪਹਿਲੋਂ ਕੱਢ ਕੇ ਪਾਏ ਸੀ ਲਾਹੌਰ ਤੇ ਉਹਨਾਂ ਦਾ ਅੱਡ ਕੰਮ ਸਾਡਾ ਅੱਡ ਲੱਗ ਗਿਆ ਸਿੱਖਾਂ ਦਾ ਸਾਡੇ ਅਸੀਂ ਅੱਡੋ ਪਾਟੀ ਹੋ ਗਏ ਕੋਈ ਪਿੱਛੇ ਭੱਜ ਗਿਆ ਕੋਈ ਅੱਗੇ ਵੱਜ ਗਿਆ ਅਸੀਂ ਹਿੰਦੂਆਂ ਜਾ ਕੇ ਬਹਿ ਰਾਤ ਮੇਰੇ ਡੈਡੀ ਜੀ ਮੇਰੀ ਮੰਮੀ ਜੀ ਅਤੇ ਦੋ ਭਰਾ ਤੀਜਾ ਮੈਂ ਅਤੇ ਦੂਜੇ ਕਿਹੜੀ ਕਿਹੜੀ ਕੋਈ ਗਾਂਹ ਭੱਜ ਗਿਆ ਕੋਈ ਪਿਛਾਂਹ ਭੱਜ ਗਿਆ ਆਈਆਂ ਕੱਠਾ ਅਤੇ ਆ ਕੇ ਲੰਮੇ ਪੈ ਗਏ ਲੰਮੇ ਪੈ ਗਏ ਅਤੇ ਉੱਥੇ ਉਹਨਾਂ ਕੀ ਆ ਰਾਤ ਉਹਦੀ ਰਾਤ ਹੋਈ ਆ ਤੁਹਾਨੂੰ ਤਾਂ ਪਤਾ ਰਾਈਡ ਚੜਾਉਣੇ ਆ ਉਹ ਦੋ ਘੰਟੇ ਖਲੋਤਾ ਨਹੀਂ ਨਾ ਟੀੜੀ ਸੀ ਉਹ ਸਾਰੇ ਜਾਣੀ ਉਹ ਆ ਕੇ ਗੱਡੀਆਂ ਲੈ ਕੇ ਛੋਟੀਆਂ ਛੋਟੀਆਂ ਸ਼ਕੀਨਾਂ ਗਾੜੀ ਲਾਈਆਂ ਰਫਲਾ ਕੋਲ ਆ ਕੇ ਲੁੱਟਣ ਡੇ ਹਿੰਦੂਆਂ ਨੂੰ ਕੁੜੀਆਂ ਚੰਗੀਆਂ ਚੰਗੀਆਂ ਸੋਹਣੀਆਂ ਜਵਾਨਾਂ ਜਿਹੜੀਆਂ ਮਚਾਰਾ ਸੀ ਸੁਣ ਤੂੰ ਗੱਡੀ 'ਚ ਦੋ ਚੜਾਉਣ ਤੇ ਭਜਾ ਕੇ ਗੱਡੀ ਭਜਾ ਕੇ ਗੱਡੀ 'ਚ ਲੈ ਜਾਣ ਅਸੀਂ ਭੁੰਜੇ ਪਏ ਅਸੀਂ ਆਖੇ ਸਾਨੂੰ ਮਹਾਰਾਜ ਜ਼ਮੀਨ ਫੇਰ ਦੇ ਜ਼ਮੀਨ 'ਚ ਵੜ ਜਾਈਏ ਉੱਥੇ ਗੋਲੀ ਮੀਂਹ ਉਹ ਚੱਲਣ ਡੀ ਅਤੇ ਉੱਥੇ ਚਾਰ ਭਰਾ ਸੀ ਉਹਨਾਂ ਦੀ ਇੱਕੋ ਕੁੜੀ ਚੱਲ ਲਾਗੇ ਪਈ ਲਾਗੇ ਤੇ ਉਹ ਆ ਕੇ ਤੇ ਉਹਨਾਂ ਕੁੜੀ ਮਾਰਿਆ ਉੱਥੇ ਉੱਥੇ ਉੱਥੋਂ ਤਰਾਸੀ ਜੇ ਉੱਥੋਂ ਉੱਥੋਂ ਇਹ ਸਾਰੀ ਉਹ ਕੁੜੀ ਚੰਗੀ ਜਵਾਨ ਸੋਹਣੀ ਉਹਨਾਂ ਕੀ ਕੀਤਾ ਕੁੜੀ ਫੜ ਕੇ ਤੂਰੀ ਉਹ ਚਾਰ ਭਰਾ ਚੰਗੇ ਡਾਂਡਾ ਉਹ ਭਰਿਆ ਲੋਕਾਂ ਕੀ ਵੇਹਣਾ ਹੁਣ ਉਹਨੇ ਮਾਰੀ ਕਿਰਪਾਨ ਜਿਹਨੇ ਬਾਂਹ ਫੜੀ ਆ ਬਾਂਹ ਵੱਟ ਕੱਟੀ ਉਹਦੀ ਮੁਸਲਮਾਨ ਦੀ ਉਹਨਾਂ ਕਰਜ਼ਾ ਮੈਨੂੰ ਲੈ ਗਿਆ ਉਹਨਾਂ ਪਰੇ ਹੋ ਕੇ ਦੂਜੇ ਦਿਨ ਨਾਲਿਆ ਤਾਰਿਆ ਬਰੈਟ ਸਾਰੇ ਮਾਰ ਕੱਟੇ ਅਤੇ ਅਸੀਂ ਲੱਗ ਗਏ ਹਾਂ ਅਸੀਂ ਧੂੰਆਂ ਰੋਲੀ ਹੋ ਗਈ ਬੜਾ ਅਸੀਂ ਆ ਕੇ ਲੈ ਵੀ ਚੜ ਮਾਰ ਗਏ ਉਹ ਸਾਰੇ ਮਾਰਚਾ ਗਏ ਵਿੱਚੇ ਕੁੜੀ ਆ ਵਿੱਚੇ ਕੁੜੀ ਅਤੇ ਵਿੱਚੇ ਸਾਰੇ ਟੱਬਰ ਮਾਰ ਕੱਟਿਆ ਅਤੇ ਬੜੀਆਂ ਲਾਗੋ ਪਰਾਂ ਪਰਾਂ ਲਈ ਗਏ ਪਰਾਂ ਲਈ ਗਏ ਉਹ ਚਾਲੀਆਂ ਜਿੱਥੇ ਕੁੰਜਾਂ ਚੱਚਾਂਡੀਆਂ ਰੋਲੀਆਂ ਜਾਣ ਹਾਂਜੀ ਦਿਨ ਚੜਿਆ ਨਾ ਤੜਕਾ ਹੋਇਆ
ਆਇਆ ਮਨਾ ਉਹ ਕਾਫਲਾ ਆਪਣਾ ਆਪੇ ਚੁੱਕੀ ਜਿਹੜਾ ਮਹਾਂ ਜਾਨਾ ਬੱਚਿਆਂ ਭੱਜ ਕੇ ਆਏ ਭੱਜ ਕੇ ਆਏ ਤੇ ਉੱਥੇ ਨਾ ਮੇਰਾ ਚਾਚਾ ਹੈ ਜਿਹੜਾ ਉਹ ਹੀ ਭੱਜਾ ਜਾਵੇ ਪਿੱਛੇ ਐਡੀ ਕੁੜੀ ਦੋ ਚੌ ਮਹੀਨਾ ਦੀ ਹੋ ਗਈ ਬਾਬਾ ਸਾਲ ਦੀ ਹੋ ਗਈ ਭੱਜੇ ਪਹਿਲਾਂ ਚੁੱਕੀ ਆਇਆ ਤੇ ਜਦੋਂ ਹਾਰ ਕੇ ਜਦੋਂ ਕੋਈ ਬਾਹਰ ਜਾਂਦੀ ਆ ਕੁੜੀ ਮਾਰੀ ਪਵਾ ਕੇ ਆਂਦਾ ਮੈਂ ਸੋਚੀ ਬਾ ਲਾ ਸੀ ਯਾ ਬਾ ਜਾ ਕੇ ਕੁੜੀ ਐ ਫੜਾ ਮਰ ਕੁੜੀ ਚੁੱਕੀ ਫਿਰ ਜਾਨ ਬਚਾਓ ਕਿਹੜੀ ਕੁੜੀ ਸੋਚਾ ਮੈਂ ਕਿਹਾ ਤੇਰਾ ਭਰਾ ਜੇ ਮੈਂ ਉੱਥੋਂ ਭੱਜਿਆ ਮਹਾਰਾਜ ਰੱਬ ਨੂੰ ਜਾਣ ਦੇਣੀ ਆ ਆ ਕੇ ਜਦੋਂ ਭੱਜਿਆ ਦੋ ਕਿਲਿਆਂ ਨੇ ਕੁੜੀ ਚੁੱਕ ਕੇ ਹੁਣ ਉਹ ਜੰਡੇ ਵਾਲੇ ਕੁੜੀ ਵੀ ਹੈ ਉਹ ਲਿਆ ਕੇ ਚੁੱਕ ਗਏ ਇੱਥੇ ਪਾਣੀ ਪੜੋਸੀ ਲਿਆ ਕਰਕੇ ਬਾਬੇ ਨੇ ਦਿਲ ਹੀ ਫੇਰਾ ਨਾ ਜਿੱਥੇ ਐਡਾ ਕੀਤਾ ਨਾ ਗੋਲੀ ਚੋਂ ਨਾ ਜਾਨ ਤੋਂ ਜਿੱਥੇ ਰੱਖਿਆ ਆ ਕੇ ਮਹਾਰਾਜ ਨੇ ਆਪ ਰੱਖਿਆ ਫਿਰ ਆਪਾਂ ਵੇਖੋ ਜੀ ਜੋ ਚੱਲੇ ਆ ਦੋ ਮਿਲੀ ਆਪਣੇ ਕਾਫਲੇ ਚ ਗਾੜੀ ਸੜਕਾਂ ਡੱਕ ਛੱਡਿਆ ਪਾਣੀ ਆ ਹਾੜਾ ਇਹ ਉਦੋਂ ਹਾੜਾ ਗਈ ਆਹੋ ਤੇ ਸਾਨੂੰ ਦੋ ਮਿਨੀ ਇੱਥੇ ਪੜਾਇਆ ਤੇ ਫਿਰ ਅਸੀਂ ਜਿੱਥੇ ਸੜਕਾਂ ਆਉਣੀ ਉਹਨਾਂ ਪਾਣੀ ਛੱਡ ਦੇਣਾ ਪਾਣੀ ਛੱਡ ਕੇ ਸੜਕ ਡੋਬ ਦੇਣੀ ਇਹਨਾਂ ਨੂੰ ਮਾਰੀਏ ਤੇ ਸਾਨੂੰ ਬਗਾੜੇ ਪਾਣੀ ਉਹਨਾਂ ਲਹਿਰ ਭਰਨ ਦੇਣਾ ਪਾਣੀ ਭਰ ਜਾਣਾ ਲਹਿਰ ਤੋਂ ਉਹਨੇ ਅਗਲੇ ਬੰਨੇ ਖਿਲੋ ਕੇ ਪੰਜਾਂ ਚੌਨੇ ਢਾ ਢਾ ਤਿੰਨ ਚਾਰ ਬੰਦੇ ਮਾਰਤੇ ਫਿਰ ਅਸੀਂ ਪਾਣੀ ਲੈ ਜਾਣਾ ਅੱਠਾਂ ਸੱਤਾਂ ਬੰਦਿਆਂ ਹਥਿਆਰ ਨਾਲ ਖੜਨੇ ਪਹਿਲਾਂ ਦੋ ਠਾ ਠਾ ਛੱਡ ਕੇ ਉਹਨਾਂ ਪਤਾ ਲੱਗ ਵੀ ਪਾਣੀ ਪੈਣ ਸਿੱਖ ਆ ਗਿਆ ਫਿਰ ਪਛਾੜ ਜਾਣਾ ਤੇ ਜਦੋਂ ਉਹਨਾਂ ਰੱਖਿਆ ਵੀ ਇਹਨਾਂ ਕੋਲ ਕੁਛ ਨਹੀਂ ਗਾ ਉਹਨੇ ਸੈਲ ਲੈ ਛੱਡਣਾ ਜਦੋਂ ਪਾਣੀ ਭਰ ਕੇ ਬਾਲੀਆਂ ਥੋੜ੍ਹੇ ਨਹਿਰ 'ਚੋਂ ਉਹਨਾਂ ਉਹਨੇ ਫਿਰ ਕੱਢ ਦੇਣਾ ਦੋ ਤਿੰਨ ਰੇਤ ਦੇਣੇ ਬੜੇ ਵਾਸ ਵੇਖੇ ਪਾਣੀ ਆ ਕਿੰਨੇ ਦਿਨ ਨਹੀਂ ਪਾਣੀ ਮਿਲਿਆ ਪਾਣੀ ਸਾਨੂੰ ਮੇਰਾ ਖਿਆਲ ਆ ਵੀ ਇੱਥੇ ਸਾਨੂੰ ਮਹੀਨਾ ਹੀ ਲੰਘ ਗਿਆ ਨਹਿਰ 'ਚ ਪੀਂਦਿਆ ਮਹੀਨਾ ਹੀ ਤੇ ਜਿਹੜੀ ਖੂਹਾਂ 'ਚ ਜ਼ਹਿਰ ਪਾਇਆ ਸੀ ਜਿਹੜੇ ਨਾ ਖੂਹ ਨਲਕੇ ਰਾਤ ਤੁਰੇ ਆਉਂਦਿਆ ਆ ਜਿਹਾ ਮੈਂ ਨਾ ਲਿਆ ਸਕੂਲ ਵਧੀਆ ਵਧੀਆ ਇਹ ਡਿਊਟੀ ਚੰਗਾ ਬੜੀ ਦਵਾਈ ਵਾਲਾ ਅਸੀਂ ਤੁਰੇ ਆਉਂਦਿਆ ਨਲਕੇ ਦਾ ਪਾਣੀ ਪੀ ਲਿਆ ਮੇਰਾ ਚਾਚੇ ਦਾ ਬੁਢਾ ਮੇਰਾ ਹਾਣੀ ਆ ਮੇਰਾ ਹੁਣ ਮਰਿਆ ਥੋੜ੍ਹਾ ਚਿਰ ਤੇ ਉਹਨੇ ਪਾਣੀ ਨਲਕੇ ਉਹ ਪੀ ਲਿਆ ਤੇ ਨਲਕੇ ਜ਼ਹਿਰ ਪਾਇਆ ਸੀ ਉਹ ਤੇ ਘੰਟਾ ਕੁ ਹੋ ਗਿਆ ਤੜਫੰਡਿਆ ਪਿਆ ਮੁੜ ਕੇ ਭੱਜ ਕੇ ਗਏ ਪਿੰਡ ਵਾਲਾ ਸੀ ਤੇ ਡਾਕਟਰ ਸਾਹਿਬ ਜੀ ਆਹ ਕੋਈ ਦਵਾਈ ਕੀਤੀ ਉਹ ਮੁੰਡੇ ਆਂਡਾ ਤਾਂ ਯਾਰ ਪੀ ਲਿਆ ਪੀਣਾ ਕਾਹਨੂੰ ਸੀ ਮੁੜ ਕੇ ਦਵਾਈ ਦਿੱਤੀ ਮੁੰਡਾ ਪਿਆ ਪੁੱਤਾਂ ਧੀਆਂ ਵਾਲਾ ਸੀ ਨੂੰਹ ਵਾਲਾ ਸੀ ਤੇ ਹੁਣ ਆ ਕੇ ਮਰਿਆ ਹਾਂ ਮੰਨੇ ਦੀ ਗੱਲ ਬਈ ਇਹਨਾਂ ਪ੍ਰੋਗਰਾਮ ਕੀਤਾ ਇਹਨਾਂ ਖੂਹ ਫਿਰ ਟੈਸਟ ਕਰਨਾ ਪਹਿਲੋਂ ਜਾ ਕੇ ਟੈਸਟ ਕਰਕੇ ਟਾਂਚੀ ਪਾਣੀ ਵਾਲੀ ਵੱਡੀ ਮੈਂ ਰੱਖ ਲਾ ਜਿੰਨਾ ਵਿਹੜਾ ਨਾ ਇਹਦੀ ਲੰਮੀ ਐਡੀ ਉੱਚੀ ਚੈੱਕ ਕਰਕੇ ਇੰਜਾਂ ਲਾ ਲੈਣਾ ਉਹ ਟਾਂਚੀ ਭਰ ਦੇਣੀ ਮੁੜ ਕੇ ਬੈਠਿਆ ਬਾਲਟੀਆਂ ਧੋਣੀਆਂ ਖਾਣਾ ਵਾਰੀ ਵਾਰੀ ਸਾਨੂੰ ਪਾਣੀ ਦੇਣਾ ਫਿਰ ਅਸੀਂ ਪੀਂਦੇ ਦੋ ਮਹੀਨੇ ਗੱਲ ਕਰੀ ਇੱਥੇ ਪੜਿਆ ਰੁੜ ਗਏ ਉੱਥੇ ਬੜੇ ਵਾਸ ਵੇਖੇ ਬੜੇ ਹਾਂਜੀ ਤੇ ਕੀ ਕਰੀਏ ਇਹ ਸਟੋਰੀ ਬੜੀ ਬੜਾ ਤੁਸੀਂ ਗੱਲਾਂ ਬੜੀਆਂ ਤੁਹਾਡੀਆਂ ਲੰਮੀਆਂ ਹੈ ਨਾ ਬੜੀਆਂ ਮੁੱਕਦੀਆਂ ਨਹੀਂ ਯਾਦਾਂ ਤੁਹਾਡੀਆਂ ਤੇ ਕੌੜੀਆਂ ਯਾਦਾਂ ਨਾ ਹਾਂ ਫਿਰ ਵੀ ਹੁਣ ਆਪਣੇ ਪਾਕਿਸਤਾਨ ਦਾ ਰਾਹ ਖੁੱਲਾ ਵਾ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲਾ ਵਾ ਹੈ ਨਾ ਹੁਣ ਤੁਹਾਡੇ ਯਾਰ ਮਿੱਤਰ ਉੱਧਰ ਤੁਹਾਨੂੰ ਅੱਜ ਤੋਂ ਵੇਖਣਗੇ ਆ ਵੀਡੀਓ ਵੇਖਣਗੇ ਵੇਖ ਰਹੇ ਆ ਹੈ ਨਾ ਤੇ ਉਹਨਾਂ ਦੋਸਤਾਂ ਨੂੰ ਜਾਂ ਉਹਨਾਂ ਦੋਸਤਾਂ ਦੇ ਨਿਆਣਿਆਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਪਾਂ ਵਧਾਈ ਦੇਵਾਂਗੇ ਵੀ ਠੀਕ ਆ ਅਸੀਂ ਤੁਹਾਡੇ ਪਿੰਡੋਂ ਗਏ ਤੁਹਾਡੇ ਕੋਲੋਂ ਗਏ ਤੁਹਾਡੇ ਬੱਚਿਆਂ ਨੂੰ ਵੇਖਿਆ ਹੁਣ ਤੁਹਾਡੇ ਬੱਚੇ ਵੇਖ ਕੇ ਖੁਸ਼ ਆ ਤੁਹਾਡੀਆਂ ਜਾਗਾਂ ਲੱਗੀਆਂ ਮਹਾਰਾਜ ਨੇ ਲਾਈਆਂ ਹਰ ਇੱਕ ਜੀ ਮਾਲਕ ਦਾ ਗਿਆ ਪਰਮੇਸ਼ਰ ਦਾ ਤੇ ਅਸੀਂ ਖੁਸ਼ੀ ਕਰਦੇ ਹਾਂ ਮਾਲਕ ਵੇਖੇ ਤੇ ਕਦੀ ਆ ਕੇ ਮਿਲ ਜਾਓ ਹਾਂ ਉਹ
ਹੁਣ ਗੱਲ ਆ ਜੇ ਆਪਾਂ ਆਖੇ ਹੁਣ ਗੜਬੜੀ ਹੋ ਗਈ ਆ, ਮੈਂ ਤਾਂ ਹੁਣ ਨਿਗਾ ਛਾਣ ਨਹੀਂ ਸਕਦਾ, ਛਾਣ ਛਾਣ ਨਿਗਾ ਡਾਉਣ ਕੱਲ ਤੁਸੀਂ ਨੇੜੇ ਬੈਠੇ ਜੋ, ਮੈਂ ਕਸੂਰ ਹਾਂ ਉਹਦੇ ਹੱਥ ਆ ਬਾਬੇ ਦਾ ਤੁਰਿਆ ਫਿਰਦਾ, ਜੇ ਉਮਰ ਜ਼ਿਆਦਾ ਹੋ ਗਈ ਆ ਤੇ ਇੱਕ ਹੋਰ ਨਿਗਾਹ ਘੜ ਗਈ, ਇੱਕ ਰਸਤਾ ਖਲੋ ਗਈ ਆ, ਤੇ ਜੇ ਕੋਈ ਯਾਰ ਦੋਸਤ ਤੁਹਾਡਾ ਸਾਹਮਣੇ ਆ ਜਾਵੇ ਤੁਹਾਡੇ ਤਾਂ ਪਛਾਣ ਲੋਗੇ, ਹਾਂ ਜੀ ਪਛਾਣ ਸਕਦੇ, ਕਰਮਦੀਨ ਆ ਜੇ ਹਨਾ ਜਾਂ ਉਮਰਦੀਨ ਆ ਜੇ, ਉਹ ਨਹੀਂ ਜਾਣੇ ਪਤਾ ਗੱਲ ਕੀ ਆ, ਉਦੋਂ ਭਲ ਭਾਈ ਤਕੜੇ ਜਾਣ ਇੱਥੋਂ ਤੱਕ ਕਿੱਥੇ ਆਉਣੇ ਆ, ਆਪਣੇ ਪਿਓਾਂ ਦੇ ਦਾਦਿਆਂ ਦੇ ਯਾਰ ਨੂੰ ਵੇਖ ਲੈਣਗੇ, ਇਹ ਗੱਲ ਹੋ ਸਕਦੀ ਆ ਤੇ ਬਾਕੀ ਇੱਥੋਂ ਤੱਕ ਸਿਆਣ ਕਿੱਥੇ ਰਹਿਣੀ ਆ, ਮੁਸ਼ਕਿਲ ਆ ਮੁਸ਼ਕਿਲ ਆ। ਚਲੋ ਫਿਰ ਵੀ ਆਪਾਂ ਆਸ ਕਰਦੇ ਆ ਵੀ ਤੁਹਾਨੂੰ ਜਿਹੜੇ ਤੁਹਾਡੇ ਯਾਰ ਦੋਸਤ ਆ ਯਾਰ ਦੋਸਤਾਂ ਦੇ ਨਿਆਣੇ ਆ ਆਪਣੇ ਇੱਕ ਗੱਲ ਆ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।